ਪਹੁੰਚ ਗਏ ਸੀਗੇ ਜਿੱਥੇ ਆਪਣਾ ਲੋਡ ਹੁੰਦਾ। ਆਹ ਦੇਖੋ ਆ ਟ੍ਰੇਲਰ ਖੜ੍ਹਾ ਨਾ, ਅਤੇ ਇਹਨਾਂ ਨੇ ਵਜਾ ਦੇ ਭਾਈ ਤੜਕੇ ਦੇ ਪੌਣੇ ਦੋ, ਕਿਉਂਕਿ ਮੂਹਰੇ ਡਿਲੀਵਰੀ ਦਾ ਟਾਈਮ ਹੁਣ ਉਨਾ ਘਟੀ ਗਿਆ ਹੈ ਨਾ। ਲੈ ਵੀ ਆਹ ਕੱਲੀ ਸਕਿੱਡ ਦਾ ਰੌਲਾ ਸੀ, ਲੱਗਿਆ ਚੱਕਣ ਫੋਰਕਾਂ ਪਾ ਲਈਆਂ। ਲਓ ਵੀ ਕੈਮੀਕਲ ਵਾਲਾ ਲੋਡ ਲਾਤਾ ਅਤੇ ਕੈਮੀਕਲ ਲੋਡ ਦੇ। ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੀ ਆਪਣੀ ਯੂਟਿਊਬ ਫੈਮਿਲੀ ਨੂੰ, ਅਤੇ ਅੱਜ ਸਿੱਧੀ ਤੁਹਾਨੂੰ ਪਾਉਣੇ ਆ ਬਲੌਗ ਦੀ ਸਾਂਝ ਸਿੱਧੀ ਬਾਈ ਜੀ ਵਿਨੀਪੈਗ ਤੋਂ। ਆਪਾਂ ਖੜ੍ਹੇ ਹਾਂ ਵਿਨੀਪੈਗ ਯਾਰਡ ਦੇ ਵਿੱਚ, ਟ੍ਰੇਲਰ ਆਪਣਾ ਕੱਲ੍ਹ ਲੈ ਕੇ ਆ ਗਏ ਸੀਗੇ, ਅਤੇ ਇੱਥੋਂ ਹੀ ਕਰਦੇ ਆਪਾਂ ਬਲੌਗ ਨੂੰ ਸਟਾਰਟ। ਪਰ ਨਾਲ ਦੀ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਅਤੇ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਕਰਦੇ ਹਾਂ ਆਪਾਂ ਇੱਥੋਂ ਬਲੌਗ ਦੀ ਸਟਾਰਟ। ਆਪਾਂ ਖੜ੍ਹੇ ਹਾਂ ਜੀ ਵਿਨੀਪੈਗ ਯਾਰਡ ਦੇ ਵਿੱਚ। ਮਸਲਾ ਇਹ ਬਣਿਆ, ਆਪਣਾ ਛੱਡਿਆ ਹੋਇਆ ਟ੍ਰੇਲਰ ਅਤੇ ਲੋਡ ਕਰੀ ਜਾਂਦੇ ਆ, ਆਪਾਂ ਇੱਥੇ ਹੋ ਗਏ ਖੜ੍ਹੇ ਨੂੰ। ਅੱਜ ਮੈਂ ਦਿਨੇ ਆ ਗਿਆ ਸੀ 11 ਵਜੇ, ਅਤੇ 11 ਵਜੇ ਦੇ ਆਪਾਂ ਇਸੇ ਯਾਰਡ ਦੇ ਵਿੱਚ ਵੇਟ ਕਰਦੇ ਪਏ ਹਾਂ, ਅਤੇ ਟ੍ਰੇਲਰ ਲੇਟ ਹੋ ਗਿਆ, ਲੋਡ ਲੇਟ ਹੋ ਗਿਆ। ਅਮੈਰੀਕਾ ਤੋਂ ਆਉਣਾ ਸੀ ਟ੍ਰੇਲਰ, ਉਹ ਹੁਣ ਰਾਤ ਨੂੰ 8 ਵਜੇ ਟ੍ਰੇਲਰ ਆਇਆ, ਅਤੇ ਹੁਣ ਜਿਹੜਾ ਅਮੈਰੀਕਾ ਤੋਂ ਲੋਡ ਆਇਆ ਉਹ ਆਪਣੇ ਟ੍ਰੇਲਰ ਦੇ ਵਿੱਚ ਲੋਡ ਕਰਨ ਬਾਬੇ ਲੱਗੇ ਹੋਏ ਆ, ਅਤੇ ਆਪਾਂ ਵੇਟ ਕਰਦੇ ਪਏ ਹਾਂ। ਅਤੇ ਸੂਰਜ ਦੇਵਤਾ ਵੀ ਚੱਲਿਆ ਸੌਣ, ਉਹ ਟ੍ਰੇਲਰਾਂ ਦੇ ਪਿੱਛੇ ਜਿਹੜੀ ਜਿੰਨੀ ਵੀ ਤੁਹਾਨੂੰ ਲਾਲੀ ਦਿੰਦੀ ਨਾ, ਇਹ ਅੱਜ ਵਿਨੀਪੈਗ ਦੇ ਵਿੱਚ ਉਹਦੇ ਸੂਰਜ ਡੁੱਬਦਾ ਹੋਇਆ, ਅਤੇ ਸੋਡੇ ਇੱਧਰ ਇੰਡੀਆ ਦੇ ਵਿੱਚ ਚੜ੍ਹਨ ਲੱਗ ਗਿਆ ਹੁਣ। ਇਹ ਜਿੰਨੀ ਲਾਲੀ ਦਿੰਦੀ ਆ ਇਹ ਸਾਰਾ ਸੂਰਜ ਡੁੱਬੀ ਜਾਂਦਾ, ਅਤੇ ਮੈਨੂੰ ਲੱਗਦਾ ਘੰਟੇ ਦੇ ਅੰਦਰ ਅੰਦਰ ਤਾਂ ਕਰਨਾ ਚਾਹੀਦਾ। ਇਹ ਕਾਫੀ ਵੱਡੀ ਯਾਰਡ ਹੈਗੀ ਆ, ਦੇਖੋ ਕਿੰਨੇ ਟ੍ਰੇਲਰ ਹੀ ਟ੍ਰੇਲਰ ਖੜ੍ਹੇ ਆ, ਟ੍ਰੇਲਰ ਹੀ ਟ੍ਰੇਲਰ ਖੜ੍ਹੇ ਆ। ਇਹਨੂੰ ਕਹਿ ਦਿੰਦੇ ਆ ਟਰੱਕਾਂ ਦੀ ਯਾਰਡ, ਦੇਖੋ। ਅਤੇ ਇਹ ਹੈਗੇ ਆ ਜਿੱਦਾਂ ਮੰਨ ਕੇ ਚੱਲੋ, ਆ ਜਿਹੜਾ ਰੌਲਾ ਜਿਹਾ ਪਈ ਜਾਂਦਾ ਨਾ, ਇਹ ਉਹੀ ਟ੍ਰੇਲਰ ਆ ਜਿਹੜੇ ਰੀਫਰ ਆਪਾਂ ਕਹਿ ਦਿੰਦੇ ਹਾਂ। ਰੀਫਰ ਹੁੰਦੇ ਆ ਜਿਹਦੇ ਵਿੱਚ ਸਬਜ਼ੀਆਂ ਵਗੈਰਾ ਜਾਂਦੀਆਂ, ਆਪਣੇ ਕੱਚਾ ਲੋਡ ਕਹਿ ਦਿੰਦੇ, ਆਪਣੇ ਖਿੱਚ ਕੇ ਲਾਉਣਾ ਪੈਂਦਾ। ਇੱਥੇ ਫਿਰ ਉਵੇਂ ਕੁਆਲਿਟੀ ਭਾਲਦੇ ਹਰ ਇੱਕ ਚੀਜ਼ ਦੀ, ਤਾਂ ਕਰਕੇ ਫਿਰ ਆਹ ਜਿਹੜੇ ਮੂਹਰੇ ਜਿਹੜਾ ਪਿਛਲਾ ਜਿਹੜੇ ਬਾਈਆਂ ਨੇ ਆਪਣਾ ਬਲੌਗ ਦੇਖਿਆ ਨਾ, ਆਪਾਂ ਟ੍ਰੇਲਰ ਆਹ ਚੱਕਿਆ ਸੀ ਇਹੋ ਜਿਹਾ, ਪਰ ਉਹਦੇ ਮੂਹਰੇ ਇੰਜਨ ਨਹੀਂ ਲੱਗਿਆ ਸੀਗਾ ਸ਼ਾਇਦ, ਉਹ ਕਹਿੰਦੇ ਹੁਣ ਕਿ ਇੰਜਨ ਅਸੀਂ ਆਪਦਾ ਧਰਾ ਲਾਂਗੇ ਹੈ ਨਾ। ਅਤੇ ਇਹੋ ਜਿਹਾ ਟ੍ਰੇਲਰ ਆਪਾਂ ਚੱਕਿਆ ਸੀਗਾ, ਅਤੇ ਇੰਜਨ ਪਰ ਉਹਦੇ ਫਿੱਟ ਨਹੀਂ ਸੀਗਾ ਮੂਹਰੇ, ਅਤੇ ਰੌਲਾ ਦੇਖੋ ਪਾਉਂਦੇ ਸਾਰਿਆਂ ਦੇ, ਦੇਖੋ ਨਾ ਟੈਂਪਰੇਚਰ ਸੈੱਟ ਕੀਤੇ ਹੋਏ ਹੋਏ ਆ। ਇਹਦੇ ਵਿੱਚ ਬਹੁਤ ਵੱਡਾ ਇੰਜਨ ਹੁੰਦਾ, ਛੋਟਾ ਨਹੀਂ ਹੁੰਦਾ, 4 ਸਿਲੰਡਰਾਂ ਦਾ ਇੰਜਨ ਹੁੰਦਾ, ਆ ਸਾਰਾ ਟੈਂਪਰੇਚਰ ਸੈੱਟ ਕੀਤਾ ਵਾ ਦੇਖੋ। ਇਹ ਜਿਵੇਂ ਚੱਲਦਾ ਪਿਆ ਇਸ 50 ਫਾਰਨਹੀਟ 'ਤੇ ਲਾਇਆ ਵਾ, ਫਾਰਨਹੀਟ ਚੱਲਦਾ ਇੱਥੇ, ਆਹ ਲੱਗਿਆ ਹੋਇਆ 28 ਫਾਰਨਹੀਟ 'ਤੇ। ਇਹ ਅੱਡੋ ਅੱਡ ਨਾ ਲੋਡ ਦੀ ਰਿਕੁਆਇਰਮੈਂਟ ਹੁੰਦੀ ਆ ਵੀ ਕਿੰਨੇ ਫਾਰਨਹੀਟ 'ਤੇ ਲਾਉਣਾ, ਉਨਾ ਫਿਰ ਆਪਾਂ ਸੈੱਟ ਕਰਕੇ ਛੱਡ ਦਿੰਦਾ ਆਟੋ 'ਤੇ ਅਤੇ ਚੱਲੀ ਜਾਂਦਾ। ਆਹ ਦੇਖੋ ਇੱਡਾ ਵੱਡਾ ਇੰਜਨ ਹੁੰਦਾ ਇਹਦੇ ਵਿੱਚ, ਇਹ ਦੇਖੋ 4 ਸਿਲੰਡਰ ਇੰਜਨ ਆ, 1 2 3 4, ਅਤੇ 4 ਸਿਲੰਡਰ ਆ ਇਹ, ਆਹ ਦਿੰਦਾ ਸਿਲੰਡਰ ਦਿੰਦੇ ਨਾ ਨਿਓਜਲਾਂ, ਅਤੇ 4 ਸਿਲੰਡਰ ਆ ਜਿਵੇਂ ਆਪਾਂ ਕਹਿ ਦਿੰਦੇ ਇੰਜਨ, ਕਾਫੀ ਵੱਡਾ ਇੰਜਨ ਹੁੰਦਾ ਵਿੱਚ। ਅਤੇ ਜਿਹੜਾ ਜਿਵੇਂ ਆਪਾਂ ਕਹਿੰਦੇ ਨਾਲ ਬੈਟਰੀ ਵੀ ਲੱਗੀ ਆ, ਆਹ ਬੈਟਰੀ ਲੱਗੀ ਵੀ ਆ, ਆਹ ਫਿਲਟਰ ਫੁਲਟਰ ਸਾਰਾ ਇੰਜਨ ਬਣਿਆ ਤਾਂ ਜਿਵੇਂ ਆਪਾਂ ਕਹਿੰਦੇ ਟਰੈਕਟਰ ਦਾ ਇੰਜਨ ਤਾਂ ਰਿਹਾ ਵਾ, ਉਹ ਇੰਜਨ ਮੂਹਰੇ ਤਾਂ ਰਿਹਾ ਵਾ ਹੁੰਦਾ ਇਹਦੇ, ਇਹ ਫਿਰ ਸਾਰਾ ਕੰਟੀਨਿਊ ਚੱਲੀ ਜਾਂਦਾ। ਅਤੇ ਇਹ ਹੁਣ ਮੰਨ ਕੇ ਚੱਲੋ ਹੁਣ ਮੂਹਰੇ ਕਿਹੜਾ ਜਿਹੜੇ ਟਰੱਕ ਜੁੜਿਆ, ਇਹਦੀ ਸਪੈਸ਼ਲ ਥੱਲੇ ਡੀਜ਼ਲ ਟੈਂਕ ਦਿੱਤਾ ਹੁੰਦਾ, ਮੈਂ ਸ਼ਾਇਦ ਅੱਗੇ ਦਿਖਾਉਣਾ ਵੀ ਨਾ, ਉਹ ਜਿਹੜਾ ਲੱਗਿਆ ਵਾ ਨਾ, ਕਿਉਂਕਿ ਹੁਣ ਜਿਵੇਂ ਡਰੋਪ ਕੀਤਾ ਹੋਇਆ ਇਹ ਚੱਲੀ ਜਾਂਦੇ, ਡੀਜ਼ਲ ਟੈਂਕ ਸਪੈਸ਼ਲ ਲੱਗਿਆ ਹੁੰਦਾ ਇਹਨਾਂ ਦਾ, ਉੱਥੋਂ ਤੇਲ ਆਪਦਾ ਖਿੱਚੀ ਜਾਂਦੇ ਆ ਅਤੇ ਆਪਦਾ ਉਨਾ ਚੱਲੀ ਜਾਂਦਾ। ਸਾਰੇ ਦੇਖੋ ਰੀਫਰ ਖੜ੍ਹੇ, ਜਿੰਨੇ ਵੀ ਖੜ੍ਹੇ ਆ ਸਾਰੇ ਰੀਫਰ ਖੜ੍ਹੇ, ਅਤੇ ਕਾਫੀ ਵੱਡੀ ਯਾਰਡ ਹੈਗੀ ਆ ਇਹ। ਅਤੇ ਬਸ ਆਪਾਂ ਵੀ ਚੱਲਦੇ ਹਾਂ, ਆਹ ਖੜ੍ਹਾ ਆਪਣੇ ਵਾਲਾ ਝੋਟਾ, ਅਤੇ ਦੇਖਦੇ ਹਾਂ ਘੰਟੇ ਕੁ ਤੱਕ ਕੌਲ ਆ ਜੂਗੀ। ਲਾਈਟਾਂ ਦਿਖਾ ਕੇ ਦੇਖੀ ਯਾਰ ਕਿੰਨੀਆਂ ਕੁ ਸੋਹਣੀਆਂ ਲੱਗਦੀਆਂ ਅੱਜ, ਕਰਿਓ ਮਾੜੇ ਬਾਈ ਕਮੈਂਟ ਕਿਵੇਂ ਲੱਗੀਆਂ ਲਾਈਟਾਂ ਲੱਗੀਆਂ ਹੋਈਆਂ। ਆਪਣੇ ਮੂਹਰੇ ਗ੍ਰੈਲ 'ਚ ਲਵਾਈਆਂ ਲਾਈਟਾਂ, ਅਤੇ ਜਿੱਥੋਂ ਦੀ ਆਪਾਂ ਸਾਈਡ ਤੋਂ ਚੜ੍ਹਦੇ ਹੁੰਦੇ ਨਾ ਉੱਥੇ ਲਵਾਈਆਂ ਹੋਈਆਂ ਹੋਈਆਂ।
ਅਜੇ ਪ੍ਰੋਪਰ ਨਾ ਹਨੇਰਾ ਨਹੀਂ ਹੋਇਆ, ਲਾਈਟਾਂ ਜਾਗਦੀਆਂ ਨਾ ਆਸੇ ਪਾਸੇ, ਯਾਰਡ ਦੇ ਵਿੱਚ ਸ਼ਾਇਦ ਪ੍ਰੋਪਰ ਉੱਨੀ ਲੁੱਕ ਨਾ ਬਣਦੀ ਹੋਵੇ, ਪਰ ਜਿੱਥੇ ਐਨ ਪੂਰਾ ਡਾਰਕ ਹਨੇਰਾ ਹੈਗਾ ਉੱਥੇ ਬਹੁਤ ਸੋਹਣੀਆਂ ਲੱਗਦੀਆਂ। ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਕਿੱਦਾਂ ਦੀਆਂ ਲੱਗੀਆਂ, ਜ਼ਰੂਰ ਕਰਿਓ ਕਮੈਂਟ। ਅਤੇ ਹੁਣ ਆਪਾਂ ਇੱਕ ਝਾਲਰ ਨਾ, ਇਹਦੇ ਛੋਟੀ ਲੱਗੀ ਹੋਈ ਹੈ, ਝਾਲਰ ਵੀ ਲਾਉਣੀ ਆ, ਥੋੜ੍ਹਾ ਬਹੁਤ ਆਪਣਾ ਰਹਿੰਦਾ। ਅਤੇ ਬਾਕੀ ਸਟਿੱਕਰ ਵਗੈਰਾ ਵੀ ਬਾਈ ਹੁਣੀ ਕਹਿੰਦੇ ਯਾਰ ਸਿੱਧੂ ਮੂਸੇਵਾਲ ਦਾ ਲਵਾਓ ਦੁਬਾਰਾ, ਬਸ ਯਾਰ ਟਾਈਮ ਹੀ ਕਨੇਡਾ ਦੀ ਜ਼ਿੰਦਗੀ ਨਾ ਇੰਨੀ ਭੱਜ ਦੌੜ ਵਾਲੀ ਹੈਗੀ ਆ, ਪੁੱਛੋ ਨਾ। ਅਤੇ ਜਦੋਂ ਵੀ ਟਾਈਮ ਲੱਗਿਆ ਚੱਲਾਂਗੇ, ਕਿਉਂਕਿ ਮੈਂ ਪਹੁੰਚਦਾ ਹੁੰਦਾ ਸ਼ਨੀਵਾਰ ਨੂੰ ਘਰ, ਐਤਵਾਰ ਨੂੰ ਫਿਰ ਦੁਕਾਨਾਂ ਬੰਦ ਹੁੰਦੀਆਂ। ਦੇਖਦੇ ਹਾਂ ਜਦੋਂ ਵੀ ਟਾਈਮ ਲੱਗਿਆ ਜ਼ਰੂਰ ਕਢਾਵਾਂਗੇ। ਚੱਲ ਕੇ ਦੂਜੀ ਜਾਟ 'ਚ ਆਪਾਂ ਪਹੁੰਚ ਗਏ ਸੀਗੇ ਜਿੱਥੇ ਆਪਣਾ ਲੋਡ ਹੁੰਦਾ। ਆਹ ਦੇਖੋ ਆ ਟ੍ਰੇਲਰ ਖੜ੍ਹਾ ਨਾ, ਅਤੇ ਆਪਾਂ ਨੂੰ ਦਿੱਤਾ ਸੀ 8 ਵਜੇ ਦਾ ਟਾਈਮ, ਪਰ ਰਾਤ ਦੇ ਵੱਜ ਗਏ 10, ਅਤੇ ਹਜੇ ਤੱਕ ਆਪਣਾ ਲੋਡ ਸਟਾਰਟ ਨਹੀਂ ਹੋਇਆ। ਕਹਿੰਦੇ ਯਾਰ ਆਹ ਲੇਟ ਹੋ ਗਿਆ, ਉਹ ਸਾਹਮਣੇ ਆਪਣਾ ਟ੍ਰੇਲਰ ਖੜ੍ਹਾ ਲੱਗਿਆ ਵਾ। ਇਦੂ ਬਾਅਦ ਕਹਿੰਦੇ ਵੀ ਕਰ ਦਿੰਦੇ ਹਾਂ, ਚੱਕਰ ਕੀ ਹੈਗਾ ਮੂਹਰੇ ਡਿਲੀਵਰੀ, ਫਿਰ ਬਾਹਲੀ ਖਿੱਚਵਾਂ ਟਾਈਮ ਹੋ ਜਾਣਾ। ਮੈਨੂੰ ਆਏ ਸੀ ਅਜੇ ਘੰਟਾ ਖੰਡ ਨੀਂਦ ਹੋਈ, ਰਾਹ 'ਚ ਸੌਂ ਜਾਂਗੇ, ਪਰ ਕੋਈ ਗੱਲ ਨਹੀਂ, ਕਰਨਾ ਹੀ ਪੈਣਾ ਖੱਬਾ ਹੱਜਾ ਹੁਣ। ਅਤੇ ਇਦੂ ਬਾਅਦ ਆਪਣੀ ਬਾਰੀ ਆਊਗੀ, ਅਤੇ ਆਪਾਂ ਕਰਦੇ ਉਨਾ ਟਾਈਮ ਵੇਟ ਇੱਥੇ। ਲਓ ਵੀ ਲੋਡ ਗਿਆ ਆਪਣਾ ਚੱਕਿਆ, ਪਰ ਲੇਟ ਯਾਰ ਬਹੁਤ ਕਰਾਦਾ, ਰਾਤ ਦਾ ਟਾਈਮ ਪਤਾ ਕਿੰਨਾ ਹੋ ਗਿਆ, 2:45 ਵੱਜ ਗਏ, 2:45 ਨਾ ਸੁੱਤਾ ਗਿਆ, ਬਸ ਕਰਦਿਆਂ ਲੋਡ ਆਏ ਕਰਦੇ, ਦਿਨ ਦਾ 12 ਵਜੇ ਦਾ ਖੜ੍ਹਾ। ਚਾਹੀਦਾ ਬੰਦਾ ਕਹਿ ਦੇਣਾ ਵੀ ਰਾਤ ਨੂੰ ਭਾਅ ਜੀ 3 ਵਜੇ ਟ੍ਰੇਲਰ ਮਿਲ ਜੂ, ਬੰਦਾ ਸੌਂ ਵੀ ਜਾਂਦਾ। ਪਹਿਲਾਂ 8, ਫਿਰ ਕਹਿੰਦੇ 9 ਵਜੇ, ਫਿਰ ਕਹਿੰਦੇ 10 ਵਜੇ, ਫਿਰ 11 ਵਜੇ, ਫਿਰ 12 ਵਜੇ, ਫਿਰ ਫਾਈਨਲੀ ਹੁਣ 2:45 ਵੱਜ ਗਏ ਬਈ, ਹੁਣ ਬਾਹਰ ਨਿਕਲ ਲੱਗੇ ਯਾਰ। ਅਤੇ ਮੂਹਰੇ ਹੁਣ ਲੋਡ ਵਾਲੇ ਕਹਿੰਦੇ ਬਾਈ ਖਿੱਚ ਕੇ ਲਾਹ ਦੀ ਯਾਰ, ਕਹਿੰਦੇ ਨਹੀਂ ਫਿਰ 2 ਦਿਨ ਉਹ ਬੰਦ ਹੁੰਦੇ ਆ। ਇੱਦਾਂ ਕਰਦੇ ਆ ਡਿਸਪੈਚਰ ਦਾ ਧੱਕਾ ਕਰਦੇ ਨਾ ਕਈ ਵਾਰ, ਟਾਈਮ ਉਹਨਾਂ ਦਾ ਚਾਹੇ ਵੱਧ ਹੀ ਹੋਵੇ, ਖਿੱਚ ਕੇ ਡਰਾਈਵਰ ਨੂੰ ਕਹਿ ਦੇਣਾ ਵੀ ਤੈਨੂੰ ਲਾਉਣਾ ਹੀ ਪੈਣਾ ਖਿੱਚ ਕੇ ਹੈ ਨਾ। ਹੁਣ ਚੱਲਦੇ ਆਪਾਂ ਸਿੰਗਲ ਹੈਗੇ ਹਾਂ, 1000 ਕਿਲੋਮੀਟਰ ਆਪਾਂ ਕੱਢਣਾ ਦਿਨੇ ਦਾ, ਤੁਹਾਨੂੰ ਪਤਾ ਹੀ ਆ ਧੱਕੇ ਨੀਂਦ ਤਾਂ ਕਿੰਨੀ ਕੁ ਆਉਂਦੀ ਆ, ਨੀਂਦ ਨੂੰ ਤਾਂ ਐਸੀ ਵੈਸੀ ਵੀ ਆਈ ਆ, ਕੀ ਕੀਤਾ ਜਾਵੇ ਯਾਰ। ਚਲੋ ਕੋਈ ਨਾ, ਚੱਲਦੇ ਹਾਂ ਹੌਲੀ ਹੌਲੀ ਗੱਲਾਂ ਬਾਤਾਂ ਕਰਦੇ ਆਪਾਂ। ਇੱਕ ਟਾਈਮ ਜਮ੍ਹਾਂ ਪੂਰਾ ਖਿੱਚਵਾਂ ਅਤੇ ਉੱਤੋਂ ਕਹਿੰਦੇ ਪੈ ਗਈ ਧੁੰਦ, ਪਰ ਆਪਾਂ ਦੇਖ ਕੇ ਚੱਲਾਂਗੇ, ਸੇਫਟੀ ਫਸਟ ਆ ਜਿਹੜਾ ਦੇਖ ਕੇ, ਕਿਉਂਕਿ ਵਿਜੀਬਿਲਟੀ ਯਾਰ ਬਿਲਕੁਲ ਘੱਟ ਗਈ। ਇੱਕ ਏਰੀਆ ਜਮ੍ਹਾਂ ਖੁੱਲ੍ਹਾ ਹੈਗਾ, ਮੈਨੂੰ ਲੱਗਦਾ ਧੁਰ ਤੋਂ ਧੁਰ ਤੱਕ ਆਈ ਕੰਮ ਚੱਲਣਾ, ਤੜਕੇ ਦਾ ਟਾਈਮ ਹੋ ਗਿਆ, ਅਤੇ ਬਾਕੀ ਦੇਖਦੇ ਕਿੱਥੋਂ ਤੱਕ ਪਾਊਗਾ। ਪੰਪ 'ਤੇ ਆ ਗਏ ਅਤੇ ਬਾਟ ਆਪਣੀ ਰਹਿ ਗਈ ਡਿਲੀਵਰੀ ਦੀ, ਸਾਰੀ 2.5 ਘੰਟੇ ਦੀ ਬਾਟ ਰਹਿ ਗਈ, ਖਿੱਚ ਕੇ ਬਾਟ ਬਹੁਤ ਕੱਢੀ ਯਾਰ ਆਪਾਂ। ਇੱਥੋਂ ਹੁਣ ਦਿਨੇ ਚਾਹ ਪਾਣੀ ਚੱਕ ਲੈਂਦੇ ਹਾਂ, ਅਤੇ ਮੁੜ ਕੇ ਕਰਦੇ ਹਾਂ ਡਿਲੀਵਰੀ, ਦੇਖਦੇ ਡਿਲੀਵਰੀ ਵਾਲੇ ਕੀ ਕਹਿੰਦੇ, ਲੈਂਦੇ ਕਿ ਨਹੀਂ ਲੈਂਦੇ, ਇਹ ਹੁਣ ਜਾ ਕੇ ਬਾਈ ਪਤਾ ਲੱਗੂਗਾ, ਕਿਉਂਕਿ ਲੋਡ ਨਾ ਬਹੁਤ ਲੇਟ ਕੀਤਾ ਯਾਰ ਇਹਨਾਂ ਨੇ, ਅਤੇ ਡਿਲੀਵਰੀ ਦਾ ਟਾਈਮ ਥੋੜ੍ਹਾ ਜਿਹਾ ਪਹਿਲਾਂ ਸੀਗਾ, ਦੱਸਦਾ ਕੀ ਚੱਕਰ ਪਿਆ। ਆਪਾਂ ਬਾਈ ਤੁਰੇ ਹੋਏ ਹਾਂ ਰਾਤ ਦੇ 1:30 ਵਜੇ ਦੇ, 2:45 ਵਜੇ ਤੁਰੇ ਸੀਗੇ ਰਾਤ ਆਪਾਂ,
ਚੱਕਰ ਕੀ ਯਾਰ, ਪਹਿਲਾਂ ਅਮੈਰੀਕਾ ਤੋਂ ਲੋਡ ਆਇਆ ਜਿਹੜਾ ਆਪਾਂ ਲੈ ਕੇ ਆਏ ਆ। ਪਹਿਲਾਂ ਕਹਿੰਦੇ ਸੀ ਦਿਨੇ 12 ਵਜੇ ਲੋਡ ਕਰਾਂਗੇ, ਮੁੜ ਕੇ ਕੈਂਸਲ ਹੋ ਗਿਆ, ਕਹਿੰਦੇ ਲੇਟ ਹੋ ਗਿਆ ਟ੍ਰੇਲਰ। ਮੁੜ ਕੇ ਇਹਨਾਂ ਨੇ ਕਰਤਾ ਰਾਤ ਨੂੰ, ਕਹਿੰਦੇ 8-9 ਵਜੇ ਤੱਕ ਕਰਦਾ ਹੈ ਨਾ। ਅਤੇ ਕਰਦੇ ਆ ਜੀ ਕਰਦੇ ਨੇ ਇਹਨਾਂ ਨੇ ਬਜਾ ਦੇ ਭਾਈ ਤੜਕੇ ਦੇ 2:45, ਕਿਉਂਕਿ ਮੂਹਰੇ ਡਿਲੀਵਰੀ ਦਾ ਟਾਈਮ ਹੁਣ ਉਨਾ ਘਟੀ ਗਿਆ ਹੈ ਨਾ, ਹੁਣ ਟਾਈਮ ਜਮ੍ਹਾਂ ਖਿੱਚਵਾਂ ਸੀਗਾ। ਰਾਤ ਮੈਂ ਤਾਂ ਸੁੱਤਾ ਵੀ ਹੈ, ਕਿਉਂਕਿ ਉੱਠ ਕੇ ਦੇਖੀਏ ਹੁਣ ਵੀ ਟ੍ਰੇਲਰ ਲੋਡ ਹੋਇਆ, ਹੁਣ ਵੀ ਲੋਡ ਹੋਇਆ ਹੈ ਨਾ। ਅਤੇ ਹੁਣ ਕਹਿੰਦੇ ਜੇ ਲੋਡ ਲੈ ਲਿਆ ਤਾਂ ਠੀਕ ਆ, ਨਹੀਂ ਤਾਂ ਅੱਜ ਦੇਣਾ ਆਪਣੇ ਕੋਲ ਹੈਗਾ ਫਰਾਈਡੇ, ਅਤੇ ਕਹਿੰਦੇ ਨਹੀਂ ਫਿਰ ਮੰਡੇ ਲੈਣਗੇ। ਹੁਣ ਪਤਾ ਲੱਗੂ ਵੀ ਲੋਡ ਉਹ ਲੈਂਦੇ ਆ ਜਾਂ ਨਹੀਂ ਲੈਂਦੇ। ਆਪਣੇ ਇਹਦੇ ਵਿੱਚ 2 ਡਰੋਪਾਂ ਆ ਸਟਿੱਕਰ ਲੱਗੇ ਆ, ਦੇਖੋ 8 ਨੰਬਰ ਕਾਲੇ ਰੰਗ ਦੇ ਅੱਡੋ ਅੱਡ ਹੁੰਦੇ, ਕੋਈ ਲਾਲ ਦੇ ਕੋਈ ਹੋਰ ਅੱਖਰ ਪਾਇਆ ਵਾ ਹੁੰਦਾ। ਇਹਦੇ ਵਿੱਚ ਆਪਣਾ ਡੇਂਜਰਸ ਗੁੱਡ ਆ, ਕੋਈ ਕੈਮੀਕਲ ਦਾ ਲੋਡ ਲੱਦਿਆ ਵਾ, ਤਾਂ ਕਰਕੇ ਜਦੋਂ ਆਪਣੇ ਕੋਈ ਕੈਮੀਕਲ ਦਾ ਲੱਦੇ ਨਾ, ਜਿੰਨੀਆਂ ਟ੍ਰੇਲਰ ਦੀਆਂ ਕੰਧਾਂ ਖੱਬੇ ਸੱਜੇ ਫਰੰਟ 'ਤੇ ਅਤੇ ਬੈਕ 'ਤੇ ਇੱਧਰ ਵੀ ਦੇਖੋ ਲੱਗਿਆ ਵਾ, ਇਹ ਸਟਿੱਕਰ ਲਾਉਣੇ ਜ਼ਰੂਰੀ ਆ, ਤਾਂ ਕਿ ਰਾਹ ਦੇ ਵਿੱਚ ਜੇ ਕੋਈ ਗੱਲਬਾਤ ਹੋ ਜੇ ਤਾਂ ਪਤਾ ਲੱਗ ਜੇ ਵੀ ਕਿਹੜਾ ਕੈਮੀਕਲ ਇਹਦੇ ਵਿੱਚ ਲੱਦਿਆ ਵਾ। ਤਾਂ ਕਰਕੇ ਟਾਈਮ ਵੀ ਜਮ੍ਹਾਂ ਪੂਰਾ ਖਿੱਚਵਾਂ, ਅਤੇ ਮੂਹਰੇ ਆ ਕੇ ਆਪਣੇ ਪੇਂਟ ਕਰੀ ਜਾਂਦੇ ਆ ਨਾ, ਆ ਜਿਹੜੇ ਸਾਈਡਾਂ 'ਤੇ ਨਹੀਂ ਹੈਗਾ ਚਿੱਟੀ ਜੈਲੋ ਲੈਣਾ ਮਾਰੀ ਜਾਂਦੇ ਆ, ਅਤੇ ਬੈੱਟ ਪੇਂਟ ਪਾਸ ਬੈਨ ਸੇਫ, ਕਹਿੰਦੇ ਜਦੋਂ ਸੇਫ ਆ ਉਦੋਂ ਪਾਸ ਕਰੋ, ਲੋਡ ਆਪਣੇ ਕੋਲ ਭਾਰ ਆਏ ਸਾਹਮਣੇ ਮੋੜ ਪੈਂਦਾ ਏ, ਦੇਖਣ ਨੂੰ ਤਾਂ ਵੀਡੀਓ 'ਤੇ ਲੱਗਦਾ ਬਹੁਤ ਦੂਰ ਤੱਕ ਹਨ, ਪਰ ਇੰਨੀ ਦੂਰ ਨਹੀਂ ਹੈਗਾ। ਆਪਾਂ ਜਦੋਂ ਸੇਫ ਰਹਿ ਗਿਆ ਨਾ ਉਹਦੀ ਪਾਸ ਕਰਾਂਗੇ, ਹੌਲੀ ਹੌਲੀ ਮੋੜ ਜਦੋਂ ਟੱਪਾਂਗੇ ਨਾ ਉਹਦੀ ਪਾਸ ਕਰਨਾ ਪੈਣਾ ਦੇਖਣ ਨੂੰ, ਕਿਉਂਕਿ ਵਾਈਡ ਐਂਗਲ ਕੀਤਾ ਕਰਕੇ ਲੱਗਦਾ ਵੀ ਬਾਹਲੀ ਦੂਰ ਆ ਮੋੜ, ਪਰ ਮੋੜ ਜਮ੍ਹਾਂ ਉੱਤੇ ਹੀ ਹੈਗਾ, ਪਰ ਰਿਸਕ ਨਹੀਂ ਲੈਣਾ। ਅਤੇ ਜਦੋਂ ਆਪਾਂ ਨੂੰ ਆ ਮੋੜ ਮੁੜੇ ਫਿਰ ਗਾਂ ਦੇਖਾਂਗੇ, ਜੇ ਆਪਾਂ ਨੂੰ ਜਗ੍ਹਾ ਮਿਲੀ ਫਿਰ ਆਪਾਂ ਪਾਸ ਕਰਦੇ ਹਾਂ, ਉਨਾ ਟਾਈਮ ਹੋਰ ਫਲੈਸ਼ਰ ਲਾ ਕੇ ਹੌਲੀ ਹੌਲੀ ਤੁਰੇ ਜਾਂਦੇ ਹਾਂ ਮਗਰ, ਕਿਉਂਕਿ ਉਹਨਾਂ ਦਾ ਵੀ ਲਿਖਿਆ ਪਾਸ ਬੈਨ ਸੇਫ, ਜਦੋਂ ਕਹਿੰਦੇ ਸੇਫ ਸੋਨੂੰ ਲੱਗਦਾ ਉਹਦੀ ਪਾਸ ਕਰਿਓ, ਪਰ ਆਪਾਂ ਰਿਸਕ ਨਹੀਂ ਲੈਣਾ। ਮੋੜ 'ਤੇ ਬਹੁਤ ਐਕਸੀਡੈਂਟ ਹੁੰਦੇ ਆ, ਕਿਉਂਕਿ ਜਦੋਂ ਆਪਾਂ ਨੂੰ ਮੂਹਰੇ ਪਤਾ ਹੀ ਨਹੀਂ ਹੈਗਾ ਹੈ ਨਾ ਕੀ ਆਉਂਦਾ ਹੈਗਾ, ਕੋਈ ਨਾ 10 ਮਿੰਟ ਆਪਾਂ ਨੂੰ ਹੋਰ ਲੱਗ ਜਾਣਗੇ, ਲੇਟ ਤਾਂ ਹੁਣ ਆਪਾਂ ਹੋਏ ਹੀ ਹਾਂ, ਅਤੇ ਚਲੋ ਦੇਣੇ ਆ ਮੋੜ 'ਤੇ, ਜੇ ਨਾ ਕੁਛ ਆਉਂਦਾ ਹੈ ਆਪਾਂ ਕਰਦੇ ਹਾਂ ਪਾਸ। ਲਓ ਜੀ, ਫਾਈਨਲੀ ਆਪਾਂ ਪਹੁੰਚ ਗਏ ਹਾਂ ਡਿਲੀਵਰੀ ਵਾਲੀ ਜਗ੍ਹਾ 'ਤੇ, ਅਤੇ ਬਾਕੀ ਹੁਣ ਦੇਖਦੇ ਹਾਂ ਕੀ ਕਹਿੰਦੇ, ਹਮ ਹੀ ਭਰਦੇ ਆ ਕਿ ਨਹੀਂ ਭਰਦੇ। ਛੋਟਾ ਜਿਹਾ ਯਾਰ ਟਾਊਨ ਆ ਪਾਸੇ ਸਾਸਕਾਟੂਨ ਏਰੀਆ ਦੇ ਵਿੱਚ, ਸਕੈਚੂਨ 'ਚ ਫਿਰਦੇ ਸਕੈਚੂਨ 'ਚ, ਅਤੇ ਇਹਨਾਂ ਦੀ ਯਾਰਡ ਹੈ ਕਿੱਥੇ, ਇਹਨਾਂ ਦੀ ਰੈਕ ਵਾਲਿਆਂ ਦੇ ਟ੍ਰੇਲਰ ਦਾ ਖੜੇ ਆ। ਉਹ ਪਏ ਆ ਉਹ ਜੀ ਆਪਣੀ ਸਕੈਡ ਹੈਗੀ ਆ, ਜਾ ਕੇ ਦੇਖਣਾ ਪੈਣਾ ਰੈਕ, ਪੈਟਰੋਲੀਅਮ ਫੂਨ ਨੰਬਰ ਸਾਈਟ 25 ਕਿਲੋਮੀਟਰ। ਲ
ਲਓ ਵੀ ਕਹਿੰਦੇ ਲੈ ਲੈਂਦੇ ਹਾਂ, ਮੈਂ ਤਾਂ ਤਰਲੇ ਕਰਕੇ ਕਹਿਦਾ ਉਹਨਾਂ ਨੂੰ, ਅਤੇ ਸੀਲ ਕੱਟਣ ਲੱਗੇ ਹਾਂ ਅਤੇ ਮੁੜ ਕੇ ਸਕੈਡ ਦਿੰਦੇ ਕੱਟ, ਇਹਦੇ ਨਾਲ ਸੀਲ ਕੱਟਾਂਗੇ ਕੱਟ ਦੇ ਨਾਲ। ਲੈ ਵੀ ਆਹ ਇਕੱਲੀ ਸਕੈਡ ਦਾ ਰੌਲਾ ਲੱਗਿਆ, ਚੱਕਣ ਫੋਰਕਾਂ ਪਾ ਲਈਆਂ, ਅਸੀਂ ਚੱਕ ਲੈਣੀ ਇਹਨਾਂ ਨੇ ਝੋਟਿਆਂ ਨੇ। ਤੇਲ ਜਾ ਰਿਹਾ ਕੋਈ ਨਾ, ਜਿਵੇਂ ਮੁਗਲੇ ਵਾਲੇ ਜਿਹਾ ਹੁੰਦਾ ਨਾ ਇੱਦਾਂ, ਇਹਦੇ ਕਰਕੇ ਆਪਾਂ ਨੂੰ ਸਾਰੀ ਰਾਤ ਜਾਗਣਾ ਪਿਆ। ਆਹ ਹੈਗਾ ਪੇਪਰ, ਪ੍ਰਿੰਟਿੰਗ ਪ੍ਰੈਸ ਵਾਲੇ ਪੇਪਰ ਆ, ਕੋਈ ਓਟਸ ਦੇ ਨਾ ਕੁੜੀਆਂ ਪੜ ਓਟ ਆ ਦੇ, ਇਹਦੇ ਵਿੱਚ ਫਿਰ ਪੈਕ ਕਰਨਗੇ, ਪ੍ਰਿੰਟ ਹੋਏ ਵੈ ਰੂਲੇ। ਲਓ ਵੀ ਇੱਕ ਸੀਲ ਆਪਾਂ ਨੂੰ ਹੋਰ ਮਿਲੀ ਆ, ਉਹ ਆਪਾਂ ਦੇਣੀ ਆ ਲਾਹ, ਪਹਿਲਾਂ ਆਪਾਂ ਨਾ ਆਹ ਕਟਰ ਸਾਂਭਗੇ, ਇਹਨੂੰ ਵੀ ਸਾਂਭਣਾ, ਇਹ ਵੀ ਆਪਾਂ ਜਾੜ 'ਚ ਨਹੀਂ ਸਿੱਟਣਾ, ਲੈ ਚੱਲੇ। ਇੰਨਾ ਯਾਰ ਕਈ ਵਾਰ ਨਾ ਵਿਚਾਲੜੇ ਡਿਸਪੈਚਰ ਧੱਕਾ ਕਰਦੇ ਨਾ, ਹੁਣ ਉਹ ਕਹਿੰਦੇ ਸੀਗੇ ਵੀ 12 ਵਜੇ ਤੱਕ ਲੋਡ ਲੈਣਾ ਹੈ ਨਾ, ਅਤੇ ਮੈਂ ਚੱਲ ਫਿਰ ਵੀ 12:15 ਵਜੇ ਤੱਕ ਆ ਗਿਆ ਲੋਡ ਲਾਉਣ। ਮੈਂ ਉਹਨਾਂ ਤੋਂ ਪੁੱਛਿਆ ਕਿੰਨੇ ਵਜੇ ਤੱਕ ਲੈਂਦੇ ਲੋਡ, ਉਹ ਕਹਿੰਦੇ ਵੀ 5 ਵਜੇ ਤੋਂ ਪਹਿਲਾਂ ਜਦੋਂ ਮਰਜ਼ੀ ਆ ਜਾਂਦਾ। ਮੈਂ ਕਿਹਾ ਕੋਈ ਰਾਸ਼ ਵਾਲਾ ਲੋਡ ਸੀਗੇ, ਕਹਿੰਦੇ ਕੋਈ ਰਾਸ਼ ਵਾਲਾ ਲੋਡ ਨਹੀਂ ਸੀਗਾ ਵਿਚਾਲੜੇ ਯਾਰ। ਹੁਣ ਸਾਰੀ ਰਾਤ ਡਰਾਈਵ ਕਰਕੇ ਆਉਂਦਾ ਹੈ ਨਾ, ਮੈਂ ਸੁੱਤਾ ਵੀ ਨਹੀਂ, ਬਸ ਮਾੜਾ ਜਿਹਾ ਨੈਪ ਲਿਆ ਹੈ ਨਾ ਵਿੱਚ ਦੀ ਵੀ ਮੇਰੀ ਡਿਲੀਵਰੀ ਹੋ ਜੇ। ਪਰ ਬਿਜਲੀ ਗੱਲ ਨਾ, ਉਹਨਾਂ ਨੂੰ ਐਂ ਹੁੰਦਾ ਡਿਸਪੈਚਰਾਂ ਨੂੰ, ਸਾਰੇ ਨਹੀਂ ਆਪਾਂ ਕਹਿੰਦੇ, ਕੁਛ ਕੁ ਹੈਗੇ ਵਿੱਚ ਬੰਦੇ ਬਹੁਤ ਵਧੀਆ ਡੀਲ ਕਰਦੇ ਆ, ਕਹਿੰਦੇ ਬਈ ਪਹੁੰਚਣਾ ਹੀ ਪੈਣਾ ਇੱਦੂ ਪਹਿਲਾਂ ਹੈ ਨਾ, ਨਹੀਂ ਤੇਰਾ ਲੋਡ ਮੰਡੇ ਲਊਗਾ। ਮੈਂ ਹੁਣ ਇਹ ਤਾਂ ਪੁੱਛਿਆ, ਮੈਂ ਕੋਈ ਰਾਸ਼ ਵਾਲਾ, ਕਹਿੰਦਾ ਨਹੀਂ ਬਈ ਕੋਈ ਚੱਕਰ ਨਹੀਂ, ਮੇਰਾ 5 ਵਜੇ ਤੱਕ ਹੁੰਦਾ ਜਦੋਂ ਮਰਜ਼ੀ ਆ ਜਾਂਦਾ। ਅਤੇ ਆਏ ਹੁੰਦਾ ਸਾਰੇ ਵਿਚਲੀ ਗੱਲ, ਉਹਨਾਂ ਨੂੰ ਆਏ ਹੁੰਦਾ ਯਾਰ ਸਾਡਾ ਲੋਡ ਡਿਲੀਵਰ ਹੋ ਜਾਏ ਹੈ ਨਾ, ਸਾਡੀ ਜ਼ਿੰਮੇਵਾਰੀ ਮੁੱਕੂਗੀ ਛੇਤੀ ਤੋਂ ਛੇਤੀ ਕਹਿ ਦਈਏ। ਪਰ ਕਈ ਬੰਦੇ ਦੱਸ ਵੀ ਦਿੰਦੇ ਕਲੀਅਰ ਗੱਲ, ਕੋਈ ਗੱਲ ਨਹੀਂ ਤੇਰੇ ਕੋਲ ਟਾਈਮ ਹੈਗਾ ਇੰਨੇ ਕੁ ਵਜੇ ਤੱਕ। ਹੁਣ ਪਹਿਲਾਂ ਤਾਂ ਉੱਧਰੋਂ ਲੋਡ ਲੇਟ ਕੀਤਾ, 8:30 ਵਜੇ 9 ਵਜੇ 9:60 ਦੇ ਵਿੱਚ ਟ੍ਰੇਲਰ ਆ ਗਿਆ ਸੀ ਅਮੈਰੀਕਾ ਵਾਲਾ, ਅਤੇ ਕਰਦੇ ਕਰਦੇ ਕਰਦਿਆਂ ਨੇ ਘੰਟਾ 2 ਘੰਟੇ 2:45 ਵਜੇ ਬਾਈ ਮੈਂ 9:60 'ਚ ਤੁਰਿਆ, ਡੇਢ ਤੋਂ 2:45 ਵਜੇ 9:60 'ਚ ਤੁਰਿਆ। ਉੱਧਰੋਂ ਉਹਨਾਂ ਨੇ ਲੇਟ ਕਰਤਾ, ਜੇ ਨਾ ਲੇਟ ਕਰਦੇ ਉਹੀ ਬੰਦਾ ਅਰੈਸਟ ਕਰ ਦਿੰਦਾ, ਹੁਣ ਰਾਹ ਦੇ ਵਿੱਚ ਸੁੱਤਾ ਵੀ ਹੈਣੀ ਹੈ ਨਾ। ਮੈਂ ਕਿਹਾ ਵੀ ਡਿਲੀਵਰੀ ਲੈ ਜੇ ਯਾਰ, ਅਤੇ ਉਹ ਕਹਿੰਦੇ ਬਾਈ ਕੋਈ ਨਾ 5 ਵਜੇ ਤੱਕ ਆ ਸਕਦਾ ਸੀਗਾ। ਚਲੋ ਕੋਈ ਨਾ, ਉਹਨਾਂ ਨੇ ਆਪਦੀ ਰੋਜ਼ੀ ਰੋਟੀ ਕਮਾਉਣੀ, ਆਪਦੀ ਟੈਨਸ਼ਨ ਫਰੀ ਹੋਣਾ ਨਾ, ਆਪਾਂ ਵੀ ਚੱਲ ਲਾ ਕੇ ਟੈਨਸ਼ਨ ਫਰੀ ਹੋ ਗਿਆ, ਨੈਵਰ ਮਾਇੰਡ। ਪਰ ਚਲੋ ਐਂ ਹੁੰਦਾ ਕਿਤੇ ਨਾ ਕਿਤੇ ਸਹੀ ਗੱਲ ਦੱਸੀ ਜਾਵੇ ਨਾ, ਬੰਦਾ ਆਪਦੇ ਹਿਸਾਬ ਨਾਲ ਨਾ ਰੈਸਟ ਰੁਸਟ ਕਰਕੇ, ਕਈ ਵਾਰ ਨੀਂਦਰੇ ਬੰਦੇ ਤੋਂ, ਕਿਉਂਕਿ ਕੱਲ੍ਹ ਦਿਨੇ ਵੀ ਨਹੀਂ ਯਾਰ ਸੁੱਤਾ ਮੈਂ, ਮੈਨੂੰ ਆਏ ਸੀ ਵੀ ਟ੍ਰੇਲਰ ਰੈਡੀ ਹੋ ਜਾਣਾ ਹੈ ਨਾ, ਅਤੇ 8 ਵਜੇ ਦਾ ਜਾਗਿਆ, 9, 10, 11, 12, 1, 1:30, 2 ਵਜਾ 'ਤੇ ਕੁੱਤੇ ਝਾਕ 'ਚ ਹੀ। ਮੈਂ ਕਿਹਾ ਵੀ ਹੁਣ ਵੀ ਰੈਡੀ ਹੋ, ਡੋਗ ਲਈ ਝਾਕ ਲੈਂਦਾ ਸੀਗਾ ਮੈਂ। ਚਲੋ ਕੋਈ ਗੱਲ ਨਹੀਂ, ਤਾਂ ਕਰਕੇ ਬੁੱਕਾਂ ਬਾਕਾਂ ਆਪ ਲਾ ਤਾਂ ਦਿੱਤੀਆਂ, ਇਸੇ ਕਰਕੇ ਲਾਈਆਂ ਵੀ ਡਰਾਈਵਰ 8 ਘੰਟੇ ਚਲੋ ਸੌਂਦਾ ਜਾਵੇ, ਅਤੇ ਪਹਿਲਾਂ ਪਾੜ ਪੂੜ ਕੇ ਕੰਮ ਚੱਲੀ ਜਾਂਦਾ ਸੀ ਹੈ ਨਾ। ਪਰ ਕਿਤੇ ਨਾ ਕਿਤੇ ਇਹ ਚੀਜ਼ਾਂ ਵੀ ਹੈਗੀਆਂ, ਜੇ ਥੋੜ੍ਹਾ ਖੁੱਲ੍ਹਾ ਟਾਈਮ ਹੋਵੇ ਲੋਡ ਲਾਉਣ ਨੂੰ, ਬੰਦਾ ਚਲਾ ਆਪਦੇ ਹਿਸਾਬ ਨਾਲ ਤੁਰਿਆ ਆਉਂਦਾ ਹੈ ਨਾ, ਕਾਹਲੀ ਨਹੀਂ ਕਰਦਾ। ਹੁਣ ਰਾਹ ਦੇ ਵਿੱਚ ਮੈਂ ਰੋਟੀ ਪਾਣੀ ਵੀ ਨਹੀਂ ਖਾਧਾ, ਹੁਣ ਰੋਟੀ ਪਾਣੀ ਖਾਵਾਂਗੇ ਤੌਰ ਦੇ ਨਾਲ, ਅਤੇ ਪਹਿਲਾਂ ਪਾ ਰੱਖ ਲਈਏ। ਲਓ ਵੀ ਕੈਮੀਕਲ ਵਾਲਾ ਲੋਡ ਲਾ ਤਾ, ਅਤੇ ਕੈਮੀਕਲ ਲੋਡ ਦੇ ਨਾਲ ਨਾਲ ਆਪਾਂ ਨੂੰ ਸਟਿੱਕਰ ਵੀ ਹੁਣ ਪੱਟਣੇ ਪੈਣੇ ਆ, ਕਿਉਂਕਿ ਆਪਣਾ ਜਿਹੜਾ ਕੈਮੀਕਲ ਵਾਲਾ ਲੋਡ ਸੀ ਉਹ ਲੈ ਗਿਆ, ਹੁਣ ਆਪਾਂ ਲਾ ਨਹੀਂ ਸਕਦੇ, ਆਪਾਂ ਇਹਨਾਂ ਨੂੰ ਪੱਟ ਦਿੰਦੇ। ਆਹ ਗੂੰਦ ਵਾਲੇ ਉਹਨਾਂ ਨੇ ਦੇ ਵੈਸੇ ਨਾ, ਇਹਦੇ ਬਣੇ ਹੁੰਦੇ ਆ ਜਗਾੜ ਪਾਉਣ ਵਾਸਤੇ, ਇਹਦੇ ਜਿਹੜਾ ਟ੍ਰੇਲਰ ਦੇ ਪਤਾ ਹੈ ਨਹੀਂ ਗੇ, ਨਹੀਂ ਤਾਂ ਆਮ ਨਾ ਹੁੰਦੇ ਆ ਟ੍ਰੇਲਰ ਦੇ ਵਿੱਚ, ਉਹ ਬਣੇ ਤਣੇ ਕੱਤੇ, ਜਿਵੇਂ ਆਹ ਹੁਣ ਆਪਣੇ ਵਾਸਤੇ ਵੇਸਟ ਆਫ ਆ, ਆਹ ਚੇਪੀਆਂ ਨਾਲ ਲਾਇਆ, ਇਹਦੇ ਜਗਾੜ ਜਿਹਾ ਦਿੱਤਾ ਨਹੀਂ ਹੈਗਾ, ਇਹਨੂੰ ਪੱਟ ਕੇ ਆਪਾਂ ਇੱਥੇ ਸੁੱਟ ਦੇਣਾ। 2 ਹੋ ਗਏ, ਇੱਕ ਇੱਧਰਲੇ ਪਾਸੇ ਲੱਗਿਆ ਵਾ, ਇੱਕ ਮੂਹਰਲੇ ਪਾਸੇ ਲੱਗਿਆ ਵਾ, ਇੱਦਾਂ ਦਾ ਲੋਡ ਸੀ ਆ, ਪਤਾ ਨਹੀਂ ਕਾਹਦੀ ਕੈਮੀਕਲ ਦਾ ਕੋਈ ਜਗਾੜ ਜਗੂੜ ਹੈਗਾ ਜਿਹੜਾ ਆਉਂਦਾ ਇਹਦੇ ਵਿੱਚ। ਆਹ ਵੀ ਪੱਟ ਦਈਏ ਹੁਣ ਆਪਾਂ, ਇਹ ਅੱਡੋ ਅੱਡ ਹੁੰਦੇ ਆ, 8 ਨੰਬਰ ਦਿੱਤਾ ਨਾ, ਕਾਲਾ ਰੰਗ ਦਿੱਤਾ ਅਤੇ ਸੈਨ ਆ ਦਿੱਤਾ ਵਾ, ਅਤੇ ਜੇ ਹੋਰ ਕੋਈ ਕੈਮੀਕਲ ਹੁੰਦਾ ਲਾਲ ਰੰਗ ਵੀ ਹੁੰਦਾ, ਇਹ ਪੀਲਾ ਵੀ ਹੁੰਦਾ, ਇਹ ਅੱਡੋ ਅੱਡ ਰੰਗ ਹੁੰਦੇ ਆ। ਫਿਰ ਰੱਬ ਨਾ ਕਰੇ ਰਾਹ 'ਚ ਕੋਈ ਗੱਲਬਾਤ ਹੋ ਜੇ,
ਤਾਂ ਉਹਨਾਂ ਨੂੰ ਪੁਲਿਸ ਵਾਲੇ ਨੂੰ ਪਤਾ ਲੱਗ ਜਾਂਦਾ ਵੀ ਕਿਹੋ ਜਿਹਾ ਕੈਮੀਕਲ ਇਹਦੇ ਵਿੱਚ ਲੱਦਿਆ ਹੈ ਨਾ, ਵੀ ਹਾਨੀਕਾਰਕ ਹੈਗਾ ਜਾਂ ਕਿਵੇਂ ਹੈਗਾ, ਆਹ ਹਿਸਾਬ ਕਿਤਾਬ ਹੁੰਦਾ ਇਹਦਾ। ਆਹ ਪੱਟ 'ਤੇ ਹੁਣ ਇੱਕ ਆਪਣਾ ਰਹਿ ਗਿਆ ਮੂਹਰੇ, ਆਹ ਵੀ ਪੱਟ ਦੇ ਆਹ ਵੀ ਪੱਟ ਦੇ ਹੁਣ ਆਪਾਂ ਟੈਨਸ਼ਨ ਫਰੀ ਹੋ ਗਿਆ ਬਸ। ਇਹ ਡਿਲੀਵਰੀ ਕਰਕੇ ਬਾਹਲਾ ਰਾਹ ਸੀਗਾ, ਰਾਹ 'ਚ ਨਾ ਰੁਕੇ ਵੀ ਨਹੀਂ ਕਿਤੇ, ਹੁਣ ਆਪਣੀ ਡਿਲੀਵਰੀ ਇਹ ਹੋ ਗਈ, ਹੁਣ ਆਪਾਂ ਟੈਨਸ਼ਨ ਫਰੀ ਹਾਂ। ਹੁਣ ਰਾਤ ਰਾਹ ਚਲਾਇਆ ਕਰਕੇ ਬੁੱਕ ਤਾਂ ਆਏ ਹਾਂ, ਬਸ ਘੰਟਾ ਕੁ ਹੋਰ ਬੁੱਕ ਚੱਲਣੀ ਹੈ, ਰੁਕਣਾ ਪੈਣਾ ਫਿਰ, ਅਤੇ ਰਾਤ ਨੂੰ ਫਿਰ ਚੱਲੂਗੀ, ਆਂਢੀ ਹੋ ਗਈ ਬੁੱਕ ਹੁਣ। ਓਕੇ ਸਾਰਾ ਕੁਛ, ਡੂਰਾਂ ਡਾਰਾਂ ਲਾ ਦੀਆਂ, ਫਿਰ ਗਾਰਵੇਜ ਬੈਨ ਹੈ ਨਹੀਂ, ਆਹ ਮਾੜਾ ਸੈੱਟ ਹੀ ਦਿੰਦੇ ਕਿਸੇ ਪਾਸੇ, ਉਹ ਢੋਲ ਜਿਹਾ ਪਾਇਆ ਪਤਾ ਨਹੀਂ ਉਹਨਾਂ 'ਚ ਕੀ ਆ, ਉਹਨਾਂ 'ਚ ਚੱਲ ਆਪਾਂ ਨਾ ਸੁੱਟਾਂਗੇ, ਕਿਤੇ ਹੋਰ ਸੁੱਟ ਦਾਂਗੇ, ਟਰੱਕ ਦੇ ਵਿੱਚ ਹੀ ਰੱਖ ਦੇਣਾ, ਰਾਹ 'ਚ ਜਿੱਥੇ ਆਏ ਨਾ ਉੱਥੇ ਸੁੱਟ ਦੇਣਾ। ਗੰਦ ਨਹੀਂ ਪਾਉਣਾ ਕਹਿੰਦੇ, ਗੰਦ ਨਹੀਂ ਪਾਉਣਾ ਆਪਾਂ ਇੰਨੇ ਸੋਹਣੇ ਮੁਲਕ 'ਚ, ਅਤੇ ਇਹਨੂੰ ਆਪਾਂ ਉੱਥੇ ਟਰੱਕ ਦੇ ਵਿੱਚ ਹੀ ਰੱਖ ਲੈਂਦੇ ਹਾਂ, ਜਿੱਥੇ ਰਾਹ ਦੇ ਵਿੱਚ ਕਿਤੇ ਗਾਰਵੇਜ ਬੈਨ ਆਇਆ ਉੱਥੇ ਆਪਾਂ ਡਰੋਪ ਕਰ ਦੇਣਾ। ਮਾੜਾ ਚੈੱਕ ਕਰਿਓ ਬਾਈ, ਮਾੜਾ ਦੇਖ ਕੇ ਆਸੇ ਪਾਸੇ ਲੱਗਦਾ ਵੀ ਆਪਾਂ ਪੰਜਾਬ ਤੋਂ ਬਾਹਰ ਫਿਰਦੇ ਹਾਂ, ਇੱਦਾਂ ਲੱਗਦਾ ਨਾ ਜੋ ਪੰਜਾਬ ਦੇ ਵਿੱਚ ਹੀ ਫਿਰਦੇ ਹਾਂ। ਇੱਕ ਪਾਸੇ ਕਣਕ ਬੀਜੀ ਵੀ ਆ ਅਤੇ ਇੱਕ ਪਾਸੇ ਸਰੋਂ, ਅਤੇ ਵਿਨੀਪੈਗ ਵਾਲੇ ਪਾਸੇ ਮਨੀਟੋਬਾ, ਉੱਧਰ ਤਾਂ ਲੱਗ ਗਏ ਬਟਨ, ਇੱਧਰ ਬੱਸ ਲੱਗ ਜਾਣਗੇ ਮੈਨੂੰ ਲੱਗਦਾ, 10 ਕੁ ਦਿਨਾਂ ਤੱਕ ਮਸ਼ੀਨਾਂ ਚੱਲ ਪੈਣੀਆਂ, ਉੱਧਰ ਤਾਂ ਬਈ ਚੱਲੀ ਜਾਂਦੀਆਂ ਪੂਰੀਆਂ ਐਨ ਓਕੇ ਰਿਪੋਰਟ ਮਸ਼ੀਨਾਂ, ਅਤੇ ਬਾਕੀ ਸੜਕ ਤੋਂ ਭਲਾ ਦੀ ਪਤਾ ਲੱਗਦਾ ਹੋਵੇ ਵੀ ਸਾਫ਼ ਸੁਥਰੀ ਜੀ ਕਰਕੇ ਵੀ ਆਪਾਂ ਪੰਜਾਬ 'ਚ ਬਾਹਰ ਫਿਰਦੇ ਹਾਂ, ਨਹੀਂ ਤਾਂ ਪੂਰੀ ਐਨ ਬਾਈ ਪੰਜਾਬ ਵਾਲੀ ਫੀਲਿੰਗ ਆਉਂਦੀ ਆ। ਲਓ ਵੀ ਵਿੱਚ ਵਿੱਚ ਨਾ ਸਰੋਂ ਵੱਢਣ ਦਾ ਕੰਮ ਚੱਲ ਪਿਆ, ਇਹ ਹੈ ਯਾਰ ਮਸ਼ੀਨ ਉਹਦੇ ਵਰਗੀ ਕਿ ਜਿੱਦਾਂ ਕਟਰ ਬਹੁਤ ਵੱਡਾ ਹੈਗਾ, ਅਤੇ ਇਹ ਪਾਲਾਂ ਬਣਾ ਬਣਾ ਰੱਖੀ ਜਾਂਦੀ ਹੈ, ਜਿਵੇਂ ਲੈਣਾ ਨਹੀਂ ਬਣਾ ਬਣਾ ਰੱਖੀ ਜਾਂਦੀ ਹੁੰਦੀ, ਦੇਖੋ ਮਗਰਲੇ ਪਾਸੇ ਰੂਲਾ ਚੱਲਦਾ ਉਹ ਨੱਪੀ ਜਾਂਦਾ ਹੈਗਾ, ਇਹ ਦੇਖੋ ਇਹ ਜਿੱਦਾਂ ਇਹ ਵੱਢ ਵੱਢ ਕੇ ਪਿੱਛੇ ਨਾ ਇਕੱਠੀ ਲੈਣਾ ਬਣਾਈ ਜਾਂਦੀ ਆ, ਇਹ ਹੁਣ ਸੁੱਕ ਜਾਣੀਆਂ ਮੁੜ ਕੇ ਦੂਜੀ ਮਸ਼ੀਨ ਦੇ ਨਾਲ, ਇਹਨਾਂ ਨੇ ਕੱਢ ਲੈਣੀ ਆ ਸਰੋਂ ਵੀ, ਦੇਖੋ ਮਸ਼ੀਨਾਂ ਨਾਲ ਕੱਢੀ ਜਾਂਦੀ ਆ ਆਹ ਸਾਰਾ ਖੇਤ ਜਿਹੜਾ ਹੈਗਾ ਸਰੋਂ ਦਾ। ਕਿਉਂ ਬਾਈ ਆਉਂਦੀ ਨਾ ਫੀਲਿੰਗ ਮਸ਼ੀਨਾਂ ਚੱਲਦੀਆਂ ਦੇਖ ਕੇ ਪੰਜਾਬ ਦੀ, ਪੂਰੀ ਬੜਾ ਸਵਾਦ ਆਉਂਦਾ ਸੀ ਯਾਰ ਟਰੈਕਟਰ ਦੇ ਨਾਲ ਜਦੋਂ ਝੋਨਾ ਕਣਕ ਮੰਡੀ ਦੇ ਵਿੱਚ ਸੁੱਟਦੇ ਸੀ, ਹੁਣ ਮਸ਼ੀਨਾਂ ਚੱਲਦੀਆਂ ਮਨੀਟੋਬਾ ਦੇ ਵਿੱਚ ਪੂਰਾ ਜ਼ੋਰ ਆ ਬਾਈ, ਪੂਰਾ ਵੱਢ ਵੜੇਗਾ ਚੱਲੀ ਜਾਂਦਾ ਕਣਕਾਂ ਦਾ, ਹੁਣ ਦਿਨ ਪਾਓ ਰਾਤ ਲਾ ਕੇ ਚੱਲੀ ਜਾਂਦਾ। ਇਹ ਵੀ ਜ਼ਿਮੀਦਾਰ ਵਿਚਾਰੇ ਆਪਣੇ ਵਰਗੇ, ਦੇਖੋ ਮੀਂਹ ਆ ਗਿਆ ਵਿੱਚ ਅਤੇ ਮਸ਼ੀਨਾਂ ਵਿਚਾਰੇ ਲੈ ਗਏ ਘਰਾਂ ਨੂੰ ਮੋੜ ਕੇ, ਦੇਖੋ ਮੀਂਹ ਪੈਣ ਲੱਗ ਗਿਆ, ਉਹ ਮਸ਼ੀਨ ਵਿਚਾਰਾ ਲੈ ਗਿਆ ਘਰ ਨੂੰ ਹੁਣ, ਅਤੇ ਜਿੱਧਰ ਜਿੱਧਰ ਇੱਧਰ ਇੱਕ ਆਹ ਲੱਗਿਆ ਵਿੱਚ ਝੋਟਾ, ਇੱਧਰ ਗਰਦ ਟਾਈ ਜਾਂਦਾ ਪੂਰੀ ਵਿੱਚ ਦੀ, ਹੁਣ ਜਿਹੜੇ ਏਰੀਆ 'ਚ ਮੀਂਹ ਪੈਣ ਲੱਗ ਗਿਆ ਇਹਨਾਂ ਦੇ ਵੀਰ ਆਪਣੇ ਵਾਲੇ ਜਿਵੇਂ ਜੱਟ ਜ਼ਿਮੀਦਾਰ ਹੈਗਾ ਨਾ, ਮੀਂਹ ਮੂੰਹ ਦਾ ਖਤਰਾ ਪੂਰਾ ਉਵੇਂ ਹੀ ਆ, ਪਿੱਛੇ ਮੀਂਹ ਪੈਂਦਾ ਸੀ ਅਤੇ ਆਹ ਦੇਖੋ ਕਿਵੇਂ ਕਰਦਾ ਗੋਰ ਕਰਦਾ ਫਿਰਦਾ ਝੋਟਾ, ਵਾਹ ਜਿਉਂਦਾ ਰਿਹਾ ਨਿਊ ਹੋਲੈਂਡ ਦੀ ਕੰਬਾਇਨ ਆ, ਥਾਂ ਥਾਂ 'ਤੇ ਰਕਮ ਇੰਨੇ ਕਾਹ ਫਿਰਦੀ ਆ ਥਾਂ ਥਾਂ 'ਤੇ, ਮਨੀਟੋਬਾ ਦੇ 'ਚ ਪੂਰਾ ਬਈ ਜ਼ੋਰ ਆ ਪੂਰਾ, ਇਹ ਕਾਹ ਚੱਲੀ ਆ ਦਿਨ ਪਰ ਰਾਤ ਕਰਕੇ। ਹੁਣ ਦੇਖੋ ਮੈਂ ਕਿੰਨੀਆਂ ਕਲਿੱਪਾਂ ਦੇ ਵਿੱਚ ਹਜੇ ਤਾਂ ਮਸ਼ੀਨਾਂ ਨਾ ਪਿੱਛੇ ਵੀ ਬਹੁਤ ਚੱਲਦੀਆਂ ਸੀਗੀਆਂ, ਦੇਖੋ ਰਾਤ ਨੂੰ ਲੱਗੇ ਪਏ ਕਾਹ ਲੱਗੀ ਪਈ ਆ, ਇੱਕ ਹੋ ਲੱਗੀ ਪਈ ਆ, ਇਕੱਠੇ ਵਾਹਣ ਦੇ ਵਿੱਚ 10-10 ਮਸ਼ੀਨਾਂ ਬਈ, 10-10 ਮਸ਼ੀਨਾਂ ਚੱਲਦੀਆਂ।
ਲਓ ਜੀ ਪਹੁੰਚ ਗਏ ਟਿਕਾਣੇ 'ਤੇ ਡਿਲੀਵਰੀ ਕਰਕੇ, ਕਿਉਂਕਿ ਬੁੱਕ ਆਪਣੀ ਯਾਰ ਰਾਤ ਨੂੰ ਅਰਲੀ ਵਾਲੀ ਚੱਲੀ ਸੀ ਨਾ, ਤਾਂ ਕਰਕੇ ਦੇਖੋ ਦਿਨ ਖੜੀ ਮੁੱਕ ਗਈ ਬੁੱਕ ਆਪਣੀ, ਧੁੱਪ ਪਈ ਆ ਬਾਹਰ ਅਤੇ ਪੰਪ 'ਤੇ ਰੁੱਕ ਗਏ ਪੈਟਰੋਲ ਪਾ ਅਤੇ ਸ਼ਾਵਰ ਸ਼ੂਵਰ ਲੈ ਕੇ ਅਤੇ ਬਲੌਗ ਕਰਨ ਲੱਗੇ ਸੀ ਐਡਿਟ, ਮੈਂ ਕਿਹਾ ਪਾ ਦੇਈਏ ਯਾਰ, ਦੋ ਤਿੰਨ ਦਿਨ ਹੋ ਗਏ ਟਾਈਮ ਨਹੀਂ ਲੱਗਿਆ ਸੀਗਾ। ਅਤੇ ਬਾਕੀ ਨਾਂ ਬੋਲ ਦਿੰਦੇ ਆਪਾਂ ਜਿਹੜੇ ਜਿਹੜੇ ਬਾਈਆਂ ਨੇ ਆਪਾਂ ਨੂੰ ਕਮੈਂਟ ਕੀਤਾ, ਹਰਪ੍ਰੀਤ ਸਿੰਘ ਕਿਵੇਂ ਲੋਪੋ ਵਾਲੇ, ਵਧੀਆ ਬਾਈ ਚੜ੍ਹਦੀ ਕਲਾ ਧੰਨਵਾਦ, ਗ੍ਰੇਟ ਕਲਿੱਪ ਮਨਪ੍ਰੀਤ ਬਾਈ ਕਹਿੰਦਾ ਧੰਨਵਾਦ, ਟੂ ਡੇ ਬਲੌਗ ਰੈਲੀ ਗੁੱਡ, ਥੈਂਕ ਯੂ ਬਾਈ ਮਨਜਿੰਦਰ ਧਾਲੀਵਾਲ, ਜਿਉਂਦਾ ਰਹਿ ਵੀਰ, ਤੁਹਾਡਾ ਜਾਣਕਾਰੀ ਦੇਣ ਲਈ ਧੰਨਵਾਦ, ਧੰਨਵਾਦ ਵੀਰੇ ਮਨਜਿੰਦਰ, ਧੰਨਵਾਦ, ਕਾਫੀ ਕਮੈਂਟ ਕੀਤੇ ਬਾਈ ਨੇ, ਬਾਈ ਜੀ ਬਹੁਤ ਵਧੀਆ ਸ਼ੁਕਰੀਆ, ਚੀਜ਼ਾਂ ਜਾਣਕਾਰੀ ਦਿੰਦੇ ਹਾਂ ਤੁਹਾਡੇ ਕਰਕੇ ਸਾਨੂੰ ਇੱਥੇ ਪਤਾ ਲੱਗਦਾ ਰਹਿੰਦਾ, ਥੈਂਕ ਯੂ ਬਾਈ ਜਤਿੰਦਰ ਸਿੰਘ, ਇੰਨਾ ਵੀਰੇ ਮਾਣ ਤਾਣ ਬਖਸ਼ਣ ਦੇ ਲਈ। ਪਰਮਜੀਤ ਚੀਮਾ ਬਾਈ ਮੇਰੀ ਕੰਪਨੀ ਕੈਂਗ ਐਂਡ ਸਿੰਘ ਫਰਾਈਟ ਦੇ ਅੰਦਰ, ਥੈਂਕ ਯੂ ਵੀਰੇ, ਵੈਲਕਮ ਵੈਲਕਮ ਵੀਰੇ ਆਪਣੇ ਚੈਨਲ 'ਤੇ ਤੁਹਾਡਾ। ਕਨੇਡਾ ਇਜ ਫੇਮਸ ਫੋਰ ਨੈਚੁਰਲ ਬਿਊਟੀ ਬਟ ਜੱਟ ਆਰ ਫੇਮਸ ਫੋਰ ਹਾਰਡ ਡਿਊਟੀ, ਬਿਲਕੁਲ ਵੀਰੇ ਬਿਲਕੁਲ, ਕੰਮ ਦੇ ਨਾਲ ਹੀ ਆ ਬਾਈ ਸਾਰਾ ਕੁਛ, ਹੈ ਨਾ, ਕਿਰਤ ਕਰੋ ਬਾਬੇ ਨਾਨਕ ਵੀ ਆਪਾਂ ਨੂੰ ਕਿਹਾ, ਮਨਕੀਰ ਤੌਜਲਾ ਭਾਣਜਾ ਉਹਨੂੰ ਵੇਟ ਸੀ ਕਿ ਨਾ ਬੋਲੇਗਾ, ਸੋਰੀ ਬਾਈ ਲੈ ਨਾ ਬੋਲਦਾ ਤੁਹਾਡਾ, ਮਨਕੀਰਤ 088 ਸੋਰੀ ਬਾਈ, ਹੈ ਨਾ ਪਹਿਲੇ ਵਾਲੇ 'ਚ ਨਹੀਂ ਬੋਲਿਆ ਗਿਆ ਤਾਂ। ਸੰਨੀ ਬਾਈ ਥੈਂਕ ਯੂ ਵੀਰੇ, ਲੱਖੋਵਾਲ ਵਾਲੇ ਧੰਨਵਾਦ, ਰਕੇਸ਼ ਹਰਪ੍ਰੀਤ ਸਿੰਘ ਆਪਣਾ ਜਵਾਨ ਵੀ ਬਿਣੀ ਪੈਗ ਰਹਿੰਦਾ, ਉਸ ਕੋਲ ਨਾਈ ਟਰੱਕ ਹੈ, ਦੋ ਟਰਾਲੀਆਂ ਵਾਲਾ ਕਹਿੰਦੇ ਹਵਾ ਵਾਲੀ ਗੱਬਾਂ, ਉਹ ਠੀਕ ਆ ਬਾਈ ਜੀ ਹਰਪ੍ਰੀਤ, ਧੰਨਵਾਦ ਵੀਰੇ ਜਾਣਕਾਰੀ ਦੇਣ ਦੇ ਲਈ। ਮਨਕੀਰਤ ਬਾਈ ਦਾ ਨਾਮ ਬੋਲਦਾ, ਜਸਪ੍ਰੀਤ ਬਾਟ ਬਲੌਗ ਕੀ ਹਾਲ ਆ ਕਹਿੰਦੇ ਵੀਰ ਪਰਿਵਾਰ, ਬਹੁਤ ਥੈਂਕ ਯੂ ਵੀਰੇ, ਥੈਂਕ ਯੂ ਬਹੁਤ ਬਹੁਤ। ਜਸ਼ਨ ਬਰਾੜ ਥੈਂਕ ਯੂ ਵੀਰੇ, ਚੜ੍ਹਦੀ ਕਲਾ ਜੀ ਟਰੈਕਿੰਗ ਬਲੌਗ ਬਹੁਤ ਵਧੀਆ ਜੀ, ਕਿਰਪਾ ਕਰਨ ਮੋਗੇ ਏਰੀਆ ਦਾ ਵੀ, ਥੈਂਕ ਯੂ ਬਾਈ ਬਰਾੜ ਸਾਹਿਬ, ਧੰਨਵਾਦ ਵੀਰੇ ਬਹੁਤ ਬਹੁਤ ਤੇਰਾ, ਯੂਜ਼ਰ ਬਾਈ ਨੇ ਇੰਨੇ ਸਾਰੇ ਦਿਲ ਭੇਜਿਆ, ਧੰਨਵਾਦ। ਹਰਵਿੰਦਰ ਬਾਈ ਕੀ ਹਾਲ ਚਾਲ ਹੈ ਤੁਹਾਡਾ, ਟਾਈਮ ਨਹੀਂ ਲੱਗਿਆ ਵੀਡੀਓ ਦੇਖਣ ਦਾ, ਕੋਈ ਗੱਲ ਨਹੀਂ ਬਾਈ ਬਿਜੀ ਚੱਲਦੇ ਹੈ ਨਾ ਇੱਧਰ, ਤੁਹਾਡਾ ਵੀ ਹੁਣ ਝੋਨੇ ਝਾਂਦੇ ਤਾਂ ਚੱਲੀ ਜਾਂਦਾ, ਸਪਰੇਆਂ ਸਪਰੂਆਂ ਦਾ ਕੋਈ ਗੱਲ ਨਹੀਂ, ਜਦੋਂ ਟਾਈਮ ਹੁੰਦੀ ਦੇਖਿਆ ਕਰੋ। ਸੰਧੂ ਬਾਈ ਧੰਨਵਾਦ ਬਾਈ, ਸੰਧੂ ਸਾਹਿਬ ਵਡੈਂਚ ਸਾਹਿਬ ਹਰਿਆਣਾ 'ਚ ਟਹਾਣਾ ਕੋਲ ਰਹਿੰਦੇ, ਤਾਂ ਸਾਡੇ ਵੀ ਕਪਾਹ ਨਰਮਾ ਫਸਲਾਂ ਹੈਲੀਕਾਪਟਰ ਸਪਰੇਅ ਆਉਂਦਾ, ਉਹ ਠੀਕ ਆ ਬਾਈ ਵੜੈਂਚ ਸਾਹਿਬ ਧੰਨਵਾਦ, ਆਪਣਾ ਹਰਿਆਣਾ ਵੀ ਉਹਦੇ ਕੋਲ ਤਰੱਕੀਆਂ 'ਤੇ ਆ ਫਿਰ ਤਾਂ ਹੁਣ। ਮਨਪ੍ਰੀਤ ਬਾਕੀ ਹੁਣ ਨਾਂ ਬੋਲਦੀ ਬੋਲ ਦਿੰਦਾ ਹੈ ਨਾ ਜਿਹੜੇ ਜਿਹੜੇ ਦੁਬਾਰਾ, ਕਿਉਂਕਿ ਦੂਸਰੇ ਬਲੌਗ ਦੇ ਆ ਗਏ। ਅਤੇ ਥੈਂਕ ਯੂ ਬਾਈ ਜਿੰਨੇ ਮੇਰੇ ਵੀਰ ਕਮੈਂਟ ਕਰਦੇ ਬਾਈ ਜੀ, ਬਹੁਤ ਬਹੁਤ ਧੰਨਵਾਦ ਹੈ ਨਾ ਤੁਹਾਡਾ, ਸਾਰਿਆਂ ਦਾ ਇੰਨਾ ਪਿਆਰ ਕਰਦੇ ਕਮੈਂਟ ਕਰਦੇ ਹੋ, ਅਤੇ ਥੈਂਕ ਯੂ ਵੀਰੇ ਮਨਪ੍ਰੀਤ ਦੇ ਸਾਰਿਆਂ ਦੇ ਜਿਹੜੇ ਜਿਹੜੇ ਵੀਰ ਕਮੈਂਟ ਕਰਦੇ ਹੈ ਨਾ, ਅਤੇ ਕਾਫੀ ਓਕੇ। ਲੋਪੋ ਵਾਲੇ ਪੰਜਾਬੀ ਟਰੈਵਲ ਕਪਲ ਖੁਸ਼ੀ ਰਿਪਨ ਕੈਨੇਡਾ ਪਹੁੰਚ ਗਏ, ਹਾਂਜੀ ਵੀਰੇ ਬਿਲਕੁਲ ਵੀਰੇ ਬਿਲਕੁਲ, ਉਹਨਾਂ ਨੇ ਮੀਟਅਪ ਰੱਖਿਆ ਇੱਥੇ, ਅਤੇ ਜੇ ਵੀਰੇ ਪਹੁੰਚੇ, ਕਿਉਂਕਿ ਹਜੇ ਤਾਂ ਸਟੱਕ ਹੀ ਹੋਏ ਮੈਂ ਰਾਹ ਦੇ ਵਿੱਚ, ਤਾਂ ਜ਼ਰੂਰ ਮਿਲ ਕੇ ਆਵਾਂਗੇ, ਮੇਰੀ ਵੀ ਦਿਲ ਅੱਛਾ ਨਾ ਬਾਈ, ਨਾ ਸਾਰਾ ਕੁਛ ਆਪਾਂ ਨੂੰ ਦਿਖਾਉਂਦੇ ਆ ਅਤੇ ਆਪਣੇ ਸ਼ਹਿਰ ਆਏ ਹੋਏ ਆ। ਅਤੇ ਬਾਕੀ ਇਹ ਵਾਲਾ ਬਲੌਗ ਕਰਦੇ ਵੀਰੇ ਬੰਦ, ਕੋਈ ਵੀਡੀਓ ਦੇ ਵਿੱਚ ਕਿਸੇ ਨੂੰ ਕੋਈ ਚੀਜ਼ ਮਾੜੀ ਲੱਗੀ ਹੋਵੇ ਉਹਦੇ ਲਈ ਮਾਫ਼ੀ, ਅਤੇ ਜਿੰਨਾ ਚੈਨਲ ਬਾਬੇ ਉਹ ਚੈਨਲ ਨਹੀਂ ਕੀਤਾ ਤੁਸੀਂ ਸਬਸਕ੍ਰਾਈਬ, ਬੰਦੇ ਦੇਖ ਕੇ ਚਲੇ ਜਾਂਦੇ ਚੈਨਲ ਸਬਸਕ੍ਰਾਈਬ ਨਹੀਂ ਕਰਦੇ, ਅਤੇ ਕਰ ਲਓ, ਅਤੇ ਮਿਲਾਂਗੇ ਆਪਾਂ ਇੱਕ ਹੋਰ ਨਵੇਂ ਬਲੌਗ ਦੇ ਵਿੱਚ, ਅਤੇ ਇੱਥੇ ਕਰਾਂਗੇ ਆਪਾਂ ਸਫ਼ਰ ਸਟਾਰਟ, ਅਤੇ ਅਗਲਾ ਬਲੌਗ ਦੇ ਵਿੱਚ ਆਪਾਂ ਪਿੰਡ ਪਹੁੰਚ ਜਾਣਾ। ਅਤੇ ਚੈਨਲ ਕਰ ਲਓ ਸਬਸਕ੍ਰਾਈਬ, ਲਾਈਕ ਕਰਿਓ, ਸ਼ੇਅਰ ਕਰਿਓ, ਅਤੇ ਮਿਲਾਂਗੇ ਇੱਕ ਆਪਾਂ ਹੋਰ ਸੋਹਣੇ ਜਿਹੇ ਸਫ਼ਰ ਨਵੇਂ ਬਲੌਗ 'ਤੇ ਇੱਕ ਹੋਰ ਦਿਨ ਦੇ ਵਿੱਚ, ਅਤੇ ਉਦੋਂ ਤੱਕ ਲਈ ਬਾਬੇ ਰੱਬ ਰੱਖਾ।